ਅਕਾਲ ਜੀ ਸਾਰਿਆਂ ਨੂੰ ਮੈਂ ਆ ਗੁਰਮੀਤ ਕੌਰ ਜਵੰਦਾ ਬੁਟੀਕ ਤੇ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਤੁਹਾਨੂੰ ਦਿਖਾਉਂਦੇ ਆ ਹੋਰ ਸੋਹਣੇ ਸੋਹਣੇ ਸੂਟ ਰੰਗ ਡਿਜ਼ਾਈਨ ਤੇ ਇਹਦੇ ਵਿੱਚ ਪ੍ਰਿੰਟਡ ਸੂਟ ਵੀ ਨੇ ਵਰਕ ਵਾਲੇ ਸੂਟ ਵੀ ਨੇ ਸਾਰੇ ਤਰ੍ਹਾਂ ਦੀ ਹਰ ਫੈਬਰਿਕ ਦੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਕਿਹੜਾ ਫੈਬਰਿਕ ਹੈ ਜੀ ਤੇ ਕਿਸ ਤਰ੍ਹਾਂ ਸਿਲਾਈ ਹੋਣ ਤੋਂ ਬਾਅਦ ਲੱਗਦਾ ਕਿਉਂਕਿ ਮੈਂ ਅੱਜ ਸਿਲਾਈ ਵਾਲੇ ਸੂਟ ਦਿਖਾ ਰਹੀ ਹਾਂ ਸਾਰੇ ਤੇ ਤੁਸੀਂ ਦੇਖਿਓ ਜੀ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਜੀ ਤੁਸੀਂ ਸਾਡੇ ਤੋਂ ਬਣਵਾਉਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਸੂਟ ਤੁਸੀਂ ਸਾਡੇ ਤੋਂ ਸਿਲਾਈ ਕਰਕੇ ਵੀ ਮੰਗਵਾ ਸਕਦੇ ਹੋ ਜੀ ਬਿਨਾਂ ਸਿਲਾਈ ਤੋਂ ਵੀ ਮੰਗਵਾ ਸਕਦੇ ਹੋ ਤੁਹਾਡੀ ਮਰਜ਼ੀ ਹੈਗੀ ਤੇ ਜੇ ਤੁਸੀਂ ਸਿਲਾਈ ਕਰਕੇ ਮੰਗਵਾਓਗੇ ਬਸ ਤੁਸੀਂ ਸਾਨੂੰ ਮੈਜ਼ਰਮੈਂਟ ਭੇਜ ਦਿਓ ਤੁਹਾਡੇ ਨਾਪ ਦੇ ਸੂਟ ਜਿਹੜੇ ਬਣ ਜਾਣਗੇ ਤੇ ਕਢਾਈ ਕਰਵਾ ਕੇ ਮੰਗਵਾਉਣੇ ਨੇ ਹਰ ਤਰ੍ਹਾਂ ਦੇ ਵਰਕਰ ਆਪਣੇ ਕੋਲੇ ਅਵੇਲੇਬਲ ਨੇ ਜੀ ਤੁਸੀਂ ਚਾਹੇ ਸਾਡੇ ਤੋਂ ਹੈਂਡ ਵਰਕ ਕਰਵਾ ਲਓ ਜੀ ਪੇਂਟ ਕਰਵਾ ਲਓ ਤੇ ਆਰੀ ਵਰਕ ਮਸ਼ੀਨ ਵਰਕ ਕੁਝ ਵੀ ਕਰਵਾਉਣਾ ਚਾਹੁੰਦੇ ਹੋ ਹਰ ਤਰ੍ਹਾਂ ਦੇ ਸੂਟ ਆਪਾਂ ਤੁਹਾਨੂੰ ਡਿਜ਼ਾਈਨ ਕਰਕੇ ਦੇਵਾਂਗੇ ਹਰ ਤਰ੍ਹਾਂ ਦਾ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈ ਜੋ ਵੀ ਤੁਸੀਂ ਲਾਈਕ ਕਰੋਗੇ ਆਪਣੇ ਹਿਸਾਬ ਦੇ ਨਾਲ ਆਪਣੇ ਫੈਬਰਿਕ ਤੇ ਕਰਵਾ ਸਕਦੇ ਹੋ ਤੇ ਜਿੰਨੇ ਵੀ ਆਪਾਂ ਸੂਟ ਬਣਾਉਣੇ ਆ ਜੀ ਸਾਰਿਆਂ ਦੇ ਡਿਜ਼ਾਈਨ ਤੁਹਾਨੂੰ ਇੰਸਟਾਗ੍ਰਾਮ ਦੇ ਉੱਪਰ ਮਿਲ ਜਾਣਗੇ ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਾਂ ਤੁਸੀਂ ਸਰਚ ਕਰਕੇ ਚਲੇ ਜਾਇਓ ਇੱਥੇ ਲਿਖਿਆ ਹੋਇਆ ਸ਼ੋਅ ਹੋ ਰਿਹਾ jwanda.gurmeet ਮੇਰੀ ਇੰਸਟਾਗ੍ਰਾਮ ਦੀ ਆਈਡੀ ਹੈ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਢੇਰੋਂ ਸੂਟ ਆਪਾਂ ਉੱਥੇ ਬਣਾ ਚੁੱਕੇ ਹਾਂ ਜੀ ਤੁਸੀਂ ਵੇਖਦੇ ਵੇਖਦੇ ਥੱਕ ਜਾਓਗੇ ਇੰਨੇ ਜ਼ਿਆਦਾ ਡਿਜ਼ਾਈਨਸ ਨੇ ਉੱਥੇ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਜੀ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਪਲੀਜ਼ ਪਰ ਤੁਹਾਨੂੰ ਮੈਸੇਜ ਕਰਨਾ ਪਊਗਾ WhatsApp ਦੇ ਉੱਪਰ ਉੱਥੇ ਮੈਸੇਜ ਨਾ ਕਰਿਓ Instagram ਦੇ ਉੱਪਰ ਤੁਸੀਂ WhatsApp ਤੇ ਮੈਸੇਜ ਕਰਿਓ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ ਜੇ ਤੁਸੀਂ ਮੈਨੂੰ ਵੇਖਦੇ ਹੋ YouTube ਚੈਨਲ ਤੋਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਵੇਖਦੇ ਹੋ ਜੀ Facebook ਪੇਜ ਤੋਂ ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ ਤਾਂ ਫੋਲੋ ਜ਼ਰੂਰ ਕਰ ਲਿਓ ਠੀਕ ਹੈ ਜੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਵੀਡੀਓ ਨੂੰ ਅੱਗੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਲਓ ਜੀ ਸਭ ਤੋਂ ਪਹਿਲਾਂ ਰਾਸ਼ਟਰ ਕਲਰ ਹੈ ਜੇ ਤੁਸੀਂ ਮੈਨੂੰ ਲਗਾਤਾਰ ਫੋਲੋ ਕਰਦੇ ਹੋ ਇਹ ਸੂਟ ਅਸੀਂ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਸੇਲ ਕੀਤੇ ਨੇ ਸਭ ਤੋਂ ਪਹਿਲਾਂ ਮੈਂ ਆਪਣਾ ਸੂਟ ਆਪ ਖੁਦ ਸਟਿਚ ਕਰਵਾਇਆ ਸੀ ਕਿੰਨੇ ਮਹੀਨੇ ਹੋ ਗਏ ਮੈਨੂੰ ਪਾਉਂਦੀ ਨੂੰ ਜੀ ਅਣਗਿਣਤ ਮੈਂ ਧੋ ਪਾ ਦਿੱਤੇ ਨੇ ਤੇ ਅਣਗਿਣਤ ਅਸੀਂ ਇਹਦੇ ਨਾਲ ਦੇ ਸੂਟ ਸੇਲ ਕਰੇ ਨੇ ਬਹੁਤ ਸੋਹਣਾ ਫੈਬਰਿਕ ਹੈ ਜੀ ਗਰਮੀ ਸਰਦੀ ਤੁਸੀਂ ਦੋਨੋਂ ਮੌਸਮ ਦੇ ਵਿੱਚ ਪਾ ਸਕਦੇ ਹੋ ਸਟਿਚਿੰਗ ਦੇ ਲਈ ਆਪਾਂ ਪਾਈ ਉਹ ਦਿੱਤੇ ਹੋਏ ਆ ਪੋਟਲੀ ਬਟਨ ਦਿੱਤੇ ਹੋਏ ਆ ਤੇ ਪਾਈਪਿੰਗ ਦਿੱਤੀ ਹੋਈ ਆ ਬਾਕੀ ਡਿਜ਼ਾਈਨਸ ਵੀ ਇਹਦੇ ਨਾਲ ਦੇ ਆਪਾਂ ਕਾਫੀ ਡਿਜ਼ਾਈਨ ਵੀ ਕਰੇ ਹੋਏ ਆ ਉਹ ਕਿਸ ਤਰ੍ਹਾਂ ਡਿਜ਼ਾਈਨ ਕਰੇ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਕਿਉਂਕਿ ਜੀ ਹਰ ਜਿਵੇਂ ਹੈ ਨਾ ਇਹ ਦੀਦੀ ਨੇ ਇਹਨਾਂ ਹੀ ਥੋੜੀ ਜਿਹੀ ਏਜ ਜ਼ਿਆਦਾ ਆਪਾਂ ਉਸ ਹਿਸਾਬ ਦੀ ਸਟਿਚਿੰਗ ਕਰਕੇ ਦਿੰਨੇ ਆ ਤੇ ਜੇ ਆਪਣੀ ਥੋੜੀ ਜਿਹੀ ਏਜ ਘੱਟ ਹੁੰਦੀ ਆ ਉਸ ਹਿਸਾਬ ਦੀ ਸਟਿਚਿੰਗ ਕਰ ਦਿੰਨੇ ਆਂਗੇ ਇਸ ਤਰ੍ਹਾਂ ਨਾਲ ਆਪਾਂ ਸਟਿਚਿੰਗ ਕਰਦੇ ਆ ਬਹੁਤ ਜ਼ਿਆਦਾ ਸ਼ਾਨਦਾਰ ਕੱਪੜਾ ਜੀ ਕਿੰਨੇ ਧੋਆ ਮੈਂ ਪਾ ਦਿੱਤੇ ਆ ਕਿ ਮਹੀਨੇ ਹੋ ਗਏ ਮੈਨੂੰ ਪਾਉਂਦੀ ਨੂੰ ਤੇ ਨਾਲ ਆਪਾਂ ਪਲੇਨ ਸਲਵਾਰ ਰੱਖੀ ਆ ਜੇ ਤੁਸੀਂ ਆਲ ਓਵਰ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਆਲ ਓਵਰ ਵੀ ਸਾਡੇ ਤੋਂ ਮੰਗਵਾ ਸਕਦੇ ਹੋ ਤੇ ਨਾਲ ਰੱਖਿਆ ਜੀ ਇਹਦੇ ਆਪਾਂ ਚਨੂਨ ਦਾ ਦੁਪੱਟਾ ਦੁਪੱਟੇ ਦੀ ਕੁਆਲਿਟੀ ਤੁਹਾਨੂੰ ਸਭ ਤੋਂ ਬੈਸਟ ਮਿਲੂਗੀ ਜੇ ਤੁਸੀਂ ਪਿਓਰ ਚਨੂਨ ਦਾ ਦੁਪੱਟਾ ਲਓਗੇ ਤਾਂ ਵੀ ਸਭ ਤੋਂ ਬੈਸਟ ਕੁਆਲਿਟੀ ਮਿਲੂ ਜੀ ਜੇ ਤੁਸੀਂ ਸੈਮੀ ਚਨੂਨ ਦਾ ਦੁਪੱਟਾ ਲਓਗੇ ਸਭ ਤੋਂ ਤਾਂ ਵੀ ਜਿਹੜੀ ਬੈਸਟ ਕੁਆਲਿਟੀ ਮਿਲੂ ਬਾਕੀ ਜੇ ਤੁਸੀਂ ਹਲਕੇ ਦੁਪੱਟੇ ਲੈਣੇ ਨੇ ਘੱਟ ਰੇਟ ਵਾਲੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਵੀ ਸਾਨੂੰ ਘੱਟ ਰੇਟ ਵਾਲਾ ਦੁਪੱਟਾ ਦੇ ਦਿਓ ਤੇ ਆਪਾਂ ਤੁਹਾਨੂੰ ਉਹ ਵੀ ਦੇ ਦਾਂਗੇ ਠੀਕ ਹੈ ਜੇ ਸਾਡੇ ਕੋਲੇ ਹਾਫ ਪਿਓਰ ਦਾ ਵੀ ਦੁਪੱਟਾ ਲਓਗੇ ਜੀ ਉਹ ਵੀ ਸਾਡੇ ਕੋਲੇ ਬੈਟਸਨ ਦਾ ਮਿਲੂਗਾ ਕਿਉਂ ਕੋਈ ਵੀ ਦੁਪੱਟਾ ਸਾਡੇ ਕੋਲ ਡੁਪਲੀਕੇਟ ਨਹੀਂ ਮਿਲਦਾ ਹੈਗਾ ਠੀਕ ਹੈ ਜੀ ਤੇ ਇਹਦੇ ਨਾਲ ਇੱਕ ਸੂਟ ਹੋਰ ਆਪਾਂ ਤੁਹਾਨੂੰ ਦਿਖਾਉਂਦੇ ਆ ਉਹਦੀ ਆਪਾਂ ਡਿਜ਼ਾਈਨਸ ਕਿਸ ਤਰ੍ਹਾਂ ਡਿਜ਼ਾਈਨ ਆ ਜਿਹੜਾ ਕਿਸ ਤਰ੍ਹਾਂ ਕੀਤਾ ਹੋਇਆ ਦੇਖੋ ਜੀ ਆਪਾਂ ਇਸ ਤਰ੍ਹਾਂ ਨੈਕ ਨੂੰ ਡਿਜ਼ਾਈਨਸ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਸ ਤਰ੍ਹਾਂ ਡਿਜ਼ਾਈਨ ਕਰਕੇ ਬਣਾਇਆ ਤੇ ਇਸ ਤਰ੍ਹਾਂ ਆਪਾਂ ਬਾਵਾਂ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਨਾ ਜਿਵੇਂ ਦੀਦੀ ਦੀ ਉਮਰ ਘੱਟ ਹੈ ਜੀ ਇੱਥੇ ਇਸ ਗੱਲ ਦਾ ਅਸੀਂ ਖਿਆਲ ਰੱਖਿਆਗਾ ਆਪਾਂ ਡਿਜ਼ਾਈਨ ਆ ਜਿਹੜਾ ਉਸ ਹਿਸਾਬ ਦੇ ਨਾਲ ਕਰਵਾ ਦਿੱਤਾ ਇਹ ਆਲ ਓਵਰ ਸੂਟ ਹੈ ਜੀ ਇਹਦੇ ਨਾਲ ਦੀ ਹੋਈ ਸਲਵਾਰ ਹੈਗੀ ਤੇ ਜੇ ਤੁਸੀਂ ਇਸ ਤਰ੍ਹਾਂ ਮੈਚਿੰਗ ਸਲਵਾਰ ਦੇ ਨਾਲ ਲੈਣਾ ਹੈਗਾ ਤਾਂ ਤੁਸੀਂ ਮੈਚਿੰਗ ਸਲਵਾਰ ਦੇ ਨਾਲ ਲੈ ਸਕਦੇ ਹੋ ਪਰ ਇਹਦੀ ਸਲਵਾਰ ਆ ਜਿਹੜੀ ਸੂਟ ਦੇ ਨਾਲ ਦੀ ਹੈ ਠੀਕ ਹੈ ਜੀ ਪਿਓਰ ਤਾਂ ਲੈ ਰਹੇ ਹੋ ਕੁਆਲਿਟੀ ਤੁਹਾਨੂੰ ਇੱਕ ਨੰਬਰ ਮਿਲੂਗੀ ਬਾਕੀ ਜੇ ਤੁਸੀਂ ਹਲਕੇ ਦੁਪੱਟੇ ਲੈਣੇ ਨੇ ਸਸਤੇ ਦੁਪੱਟੇ ਲੈਣੇ ਨੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਵੀ ਇੰਨੇ ਕਰੇਟ ਵਾਲਾ ਦੁਪੱਟਾ ਸਾਨੂੰ ਦੇ ਦਿਓ ਜੀ ਮਿਲ ਜਾਣਗੇ ਠੀਕ ਹੈ ਪਰ ਆਪਾਂ ਉਹ ਗੱਲ ਨਹੀਂ ਕਰਦੇ ਹੈਗੇ ਮੈਂ ਤੁਹਾਨੂੰ ਕਹਿੰਦਾ ਜੀ ਬਿੰਦ ਦੁਪੱਟਾ ਇੰਨੇ ਦਾ ਪੈ ਜਾਊਗਾ ਤੇ ਠੀਕ ਹੈ ਮੈਂ ਤੁਹਾਨੂੰ ਦੁਪੱਟਾ ਇਹਦੇ ਨਾਲ 120 ਰੁਪਏ ਵਾਲਾ ਲਾ ਕੇ ਦੇ ਦਾਂ ਇਸ ਦੀ ਗੱਲ ਨਹੀਂ ਹੁੰਦੀ ਪਰ ਤੁਹਾਨੂੰ ਜਿਹੜੀ ਚੀਜ਼ ਮਿਲੂਗੀ ਵਧੀਆ ਮਿਲੂਗੀ ਪਰ ਤੁਸੀਂ ਮੈਸੇਜ ਕਰਕੇ ਕਹਿ ਸਕਦੇ ਹੋ ਵੀ ਸਾਨੂੰ ਇੰਨੇ ਕੁ ਦੇ ਵਿੱਚ ਸਾਰ ਦਿਓ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਅਸੀਂ ਕੁਆਲਿਟੀ ਪ੍ਰੋਵਾਈਡ ਕਰਵਾਉਂਦੇ ਹਾਂ ਕਈ ਵਾਰੀ ਕਸਟਮਰ ਸਾਨੂੰ ਕਹਿ ਦਿੰਦਾ ਜੀ ਹਲਕਾ ਦਿਓ ਹਲਕਾ ਦਿਓ ਲੋ ਜੀ ਇਹ ਹੈਗਾ ਪਿਓਰ ਚੌਰਜਟ ਦਾ ਸੂਟ ਇਹਦੀ ਵੀ ਮੈਂ ਵੀਡੀਓ ਬਣਾ ਚੁੱਕੀ ਹਾਂ ਜੀ ਢੇਰੋਂ ਢੇਰ ਅਸੀਂ ਸੂਟ ਸੇਲ ਕਰ ਚੁੱਕੇ ਆ ਇਹਦੇ ਨਾਲ ਦੇ ਠੀਕ ਹੈ ਅੱਜ ਸਿਲਾਈ ਹੋ ਕੇ ਆਇਆ ਕੁਝ ਕਸਟਮਰ ਨੇ ਸਾਡੇ ਤੋਂ ਸਿਲਾਈ ਕਰਵਾ ਕੇ ਮੰਗਵਾਏ ਨੇ ਕੁਝ ਕਸਟਮਰ ਸਾਡੇ ਤੋਂ ਬਿਨਾਂ ਸਿਲਾਈ ਤੋਂ ਮੰਗਵਾਉਂਦੇ ਨੇ ਇਹ ਪਿਓਰ ਚੌਰਜਟ ਦੇ ਉੱਪਰ ਹੈ ਜੀ ਤੇ ਇਹ ਠਾਂ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਇਸ ਤਰ੍ਹਾਂ ਬਾਰਡਰ ਹੈ ਜਿਹੜਾ
ਤੇ ਇਧਰ ਚਾਕਾਂ ਘੇਰੇ ਤੇ ਬਾਹਾਂ ਦੇ ਉੱਪਰ ਵੀ ਚੰਪਾ ਦਿੱਤਾ ਹੋਇਆ ਸੇਮ ਬਾਰਡਰ ਹੈ ਜਿਹੜਾ ਬਾਹਾਂ ਦੇ ਉੱਪਰ ਆਊਗਾ ਉਦੋਂ ਕਾਫੀ ਕਸਟਮਰ ਕਹਿੰਦੇ ਨੇ ਸਾਨੂੰ ਇਸ ਤਰ੍ਹਾਂ ਸਮਝ ਨਹੀਂ ਆਉਂਦੀ ਹੈਗੀ ਚਲੋ ਅੱਜ ਆਪਣੇ ਕੋਲ ਸਿਲਾਈ ਹੋ ਕੇ ਆਏ ਨੇ ਇਹਦੇ ਨਾਲ ਦੇ ਸੂਟ ਇੱਕ ਇਹ ਹੋ ਕੇ ਆਇਆ ਸਿਲਾਈ ਇੱਕ ਇਹ ਹੋ ਕੇ ਆਇਆ ਸਿਲਾਈ ਜੇ ਅਲੱਗ ਰੰਗ ਦੇ ਵੀ ਹੋਣਗੇ ਜੀ ਠੀਕ ਹੈ ਸਲਵਾਰ ਇਹਦੇ ਨਾਲ ਤੁਹਾਨੂੰ ਮਿਲੂਗੀ ਜੀ ਮਸਲੀਨ ਦੀ 3 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਵਿਸਕੋਸ ਮਸਲੀਨ ਦੀ ਸਲਵਾਰ ਹੈ ਨਾਲ ਦੁਪੱਟਾ ਵੀ ਇਹਦੇ ਨਾਲ ਪਿਓਰ ਜਾਰਜੈਟ ਦੇ ਹੈ ਮੈਂ ਤੁਹਾਨੂੰ ਜਿਹੜੇ ਦੇ ਵਿੱਚ ਰੰਗ ਪਏ ਨੇ ਤੁਹਾਨੂੰ ਦਿਖਾ ਦਿੰਨੀ ਹੈਗੀ ਤੇ ਕਾਫੀ ਇਹ ਦੁਪੱਟੇ ਅਸੀਂ ਇਹ ਸੇਲ ਸੂਟ ਇਹ ਸੇਲ ਕਰੇ ਨੇ ਅੱਜ ਸਲਾਈ ਹੋ ਕੇ ਆਇਆ ਆਪਾਂ ਤੁਹਾਨੂੰ ਤਾਂ ਖੋਲ ਕੇ ਦਿਖਾ ਦਿੰਨੀ ਹੈ ਤੇ ਪਤਾ ਜਦੋਂ ਵੀ ਆਪਾਂ ਦੁਪੱਟਾ ਲੈਣੇ ਆ ਹਨਾ ਕਿਸੇ ਵੀ ਸੂਟ ਨਾਲ ਫਿਰ ਆਪਾਂ ਨੂੰ ਫਿਨਿਸ਼ਿੰਗਾਂ ਦੁਬਾਰਾ ਕਰਾਉਣੀਆਂ ਪੈਂਦੀਆਂ ਨੇ ਇਸ ਤਰ੍ਹਾਂ ਦੀ ਲੇਸ ਲੱਗੀ ਤੇ ਇਸ ਤਰ੍ਹਾਂ ਵੀ ਪਰ ਇਹਦੀ ਤੁਹਾਨੂੰ ਫਿਨਿਸ਼ਿੰਗ ਦੀ ਕੋਈ ਲੋੜ ਨਹੀਂ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਜੀ 4 ਸਾਈਡ ਬਾਰਡਰ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਤੇ ਇਧਰੋਂ ਜਿਹੜੀ ਦੁਪੱਟੇ ਸਲਵਾਰ ਨਾਲ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਟਿਸ਼ੂ ਲੱਗ ਕੇ ਬਹੁਤ ਜ਼ਿਆਦਾ ਸ਼ਾਨਦਾਰ ਇਹਦੀ ਫਿਨਿਸ਼ਿੰਗ ਹੈਗੀ ਤੇ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਵਾਰੀ ਵਰਕ ਨਾਲ ਹਾਈਲਾਈਟ ਮਿਲੂਗਾ ਦੁਪੱਟਾ ਵੀ ਠੀਕ ਹੈ ਜੀ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਤੁਸੀਂ ਮੰਗਵਾ ਸਕਦੇ ਹੋ ਇਹ ਮਸਲੀਨ ਦੀ ਸਲਵਾਰ ਹੈ ਪਿਓਰ ਜਾਰਜੈਟ ਦਾ ਹੀ ਦੁਪੱਟਾ ਜੀ ਪਿਓਰ ਜਾਰਜੈਟ ਦਾ ਹੀ ਕਮੀਜ਼ ਹੈ ਠੀਕ ਹੈ ਇਹ ਦੇਖੋ ਪਿਓਰ ਜਾਰਜੈਟ ਦਾ ਕਮੀਜ਼ ਤੇ ਪਿਓਰ ਜਾਰਜੈਟ ਦਾ ਹੀ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਇਹਦੀ ਮੈਂ ਵੀਡੀਓ ਵਿੱਚ ਪਹਿਲਾਂ ਸ਼ੇਅਰ ਕਰ ਚੁੱਕੀ ਹੈਗੀ ਅੱਜ ਮੇਰੇ ਕੋਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਤੀ ਵੀ ਸਿਲਾਈ ਹੋ ਕੇ ਆਇਆ ਅੱਜ ਆਪਾਂ ਇਹ ਦੁਬਾਰਾ ਵੀਡੀਓ ਬਣਾ ਦਿੰਦੇ ਹਾਂ ਠੀਕ ਹੈ ਦੁਪੱਟਾ ਵੀ ਹਾਈਲਾਈਟ ਹੋਇਆ ਇਹਦੇ ਵਿੱਚ ਜਿਹੜੇ ਰਹਿਣੇ ਰੰਗ ਦੇ ਆਪਾਂ ਉਹ ਦਿਖਾ ਦਿੰਦੇ ਹਾਂ ਜੀ ਇਹ ਮਿਲੂਗਾ ਜੀ ਗਾਜਰੀ ਰੰਗ ਠੀਕ ਹੈ ਜੀ ਇਹ ਹੈਗਾ ਜੀ ਹਲਕਾ ਜਿਹਾ ਪੈਰਟ ਕਲਰ ਦਾ ਇਹ ਖੋਲ ਕੇ ਦਿਖਾਉਣ ਦਾ ਦੇਖੋ ਜੀ ਹੈ ਨਾ ਕੋਈ ਫਾਇਦਾ ਨਹੀਂ ਟਾਈਮ ਵੇਸਟ ਹੀ ਹੁੰਦਾ ਹੈਗਾ ਇਹ ਹੈਗਾ ਜੀ ਆਪਣੇ ਕੋਲ ਮਸਟਰਡ ਇਹ 2 ਡਿਜ਼ਾਈਨਾਂ ਦੇ ਵਿੱਚ ਹੈ ਹੈ ਨਾ ਜਿਹੜਾ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਜੀ ਕਿਸੇ ਨੇ ਲੈਣਾ ਜੀ ਜਿਹੜਾ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਇਹ 3 ਡਿਜ਼ਾਈਨ 3 ਰੰਗ ਉਹਦੇ ਵਿੱਚ ਨੇ ਇੱਕ ਇਹ ਪਿੰਕ ਆ ਗਿਆ ਇੱਕ ਇਹ ਪੈਰਟ ਆ ਗਿਆ ਇੱਕ ਇਹ ਮਸਟਰਡ ਆ ਗਿਆ ਤੇ ਦੂਸਰਾ ਡਿਜ਼ਾਈਨ ਇਹ ਵਾਲਾ ਹੈਗਾ ਇਹਦੇ ਵਿੱਚ ਵੀ ਆਪਣੇ ਕੋਲ 2 ਰੰਗ ਨੇ ਇੱਕ ਮਸਟਰਡ ਆ ਗਿਆ ਤੇ ਇੱਕ ਫਰੋਜ਼ੀ ਆ ਗਿਆ ਜਿਹੜਾ ਵੀ ਤੁਹਾਨੂੰ ਪਸੰਦ ਆਈ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਸਾਰੇ ਕਸਟਮਰ ਦੇ ਨੇ ਇਹ ਆਪਾਂ ਨਾਲ ਹੁੰਦੇ ਬਸ ਆਈ ਜਾਂਦੇ ਨੇ ਚਲੇ ਜਾਂਦੇ ਨੇ ਆਪਾਂ ਤਾਂ ਪਾਰਸਲ ਲਾ ਲਾਂਗੇ ਹੁਣ ਸਾਡੂ ਇਹਦਾ ਕੁਝ ਕੁ ਪਾਰਸਲ ਸਾਡੇ ਪਿਓਰ ਜਾਰਜੈਟ ਪਿੱਛੇ ਖੜੇ ਨੇ ਜਿਹੜੇ ਮੈਨੂੰ 2-4 ਮੇਨ ਡਿਜ਼ਾਈਨ ਮੰਗਵਾਏ ਨੇ ਹਨਾ ਕਸਟਮਰ ਨੇ ਉਹ ਮਿਲ ਨਹੀਂ ਰਹੇ ਬਸ ਉਹਦੇ ਪਿੱਛੇ ਸਾਡਾ ਥੋੜਾ ਜਿਹਾ ਕੰਮ ਖੜਾ ਲਓ ਜੀ ਇਹ ਵੀ ਆਪਣਾ ਬਹੁਤ ਸੋਹਣਾ ਸੂਟ ਹੈ ਜੀ ਮਸਟਰਡ ਸ਼ੇਡ ਦੇ ਵਿੱਚ ਬਟਰ ਕਾਟਨ ਦਾ ਕਾਫੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਤੁਸੀਂ ਮੇਰੇ ਪਾਇਆ ਵੇਖਿਆਗਾ ਸੇਮ ਉਹੀ ਡਿਜ਼ਾਈਨ ਆਪਾਂ ਬਣਵਾ ਕੇ ਸੂਟ ਤਿਆਰ ਕਰਵਾਇਆ ਤੇ ਨੈਕ ਦੇ ਉੱਪਰ ਹੈ ਮੇਰੇ ਵਾਲੇ ਤੇ ਇਹ ਰੈੱਡ ਕਰਿਆ ਹੋਇਆ ਰੈੱਡ ਡਿਜ਼ਾਈਨ ਕਰਿਆ ਆਪਾਂ ਪਰ ਰੈੱਡ ਥੋੜਾ ਜਿਹਾ ਉਹ ਲੱਗਦਾ ਹੈ ਨਾ ਤਾਂ ਆਪਾਂ ਇਹਦੇ 'ਤੇ ਰਸਟ ਕਰਿਆ ਹੋਇਆ ਨੈਕ ਦੇ ਉੱਪਰ ਆਪਾਂ ਇਸ ਤਰ੍ਹਾਂ ਡਿਜ਼ਾਈਨ ਕਰਿਆ ਬਾਹਾਂ ਦੇ ਉੱਪਰ ਵੀ ਇਸ ਤਰ੍ਹਾਂ ਕਰਿਆ ਤੇ ਬਟਨ ਦਿੱਤੇ ਹੋਏ ਨੇ ਪਤਾ ਇੰਨੇ ਕੁ ਕਰਨ ਦੇ ਨਾਲ ਕੀ ਹੁੰਦਾ ਜੀ ਸੂਟ ਦੀ ਗ੍ਰੇਸ ਬਣ ਜਾਂਦੀ ਹੈ ਠੀਕ ਹੈ ਬਹੁਤ ਸੋਹਣਾ ਲੱਗਦਾ ਇਹ ਤੇ ਪਾਈਪਿੰਗ ਦਿੱਤੀ ਹੋਈ ਹੈ ਨਾਲ ਇਹਦੇ ਸਲਵਾਰ ਪਲੇਨ ਹੈ ਜਿਹੜਾ ਤੁਹਾਨੂੰ ਇਹ ਓਰੀਜਨਲ ਬਟਰ ਕਾਟਨ ਮਿਲੂਗਾ ਜੀ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੰਦੀ ਹਾਂ ਜਿਹੜਾ ਓਰੀਜਨਲ ਬਟਰ ਕਾਟਨ ਮਿਲੂਗਾ ਉਹ ਇਸ ਤਰ੍ਹਾਂ ਮੈਚਿੰਗ ਸਲਵਾਰ ਦੇ ਨਾਲ ਆਊਗਾ ਜਿਹੜਾ ਡੁਪਲੀਕੇਟ ਬਟਰ ਕਾਟਨ ਆਊਗਾ ਉਹ ਆਲ ਓਵਰ ਸੂਟ ਆਊਗਾ ਜਿਹੜਾ ਓਰੀਜਨਲ ਆਊਗਾ ਉਹ ਮੈਚਿੰਗ ਸਲਵਾਰ ਦੇ ਨਾਲ ਆਊਗਾ ਇਸ ਗੱਲ ਦਾ ਤੁਸੀਂ ਧਿਆਨ ਰੱਖੋ ਮੈਂ ਕਿਉਂਕਿ ਪਹਿਲਾਂ ਹਰ ਵੀਡੀਓ 'ਚ ਦੱਸਦੀ ਹਾਂ ਵੀ ਆਪਣੇ ਦੇਸ਼ ਦੇ ਵਿੱਚ ਡੁਪਲੀਕੇਟ ਨਾਲ ਦੀ ਨਾਲ ਬਣ ਜਾਂਦਾ ਸਾਡੇ ਵਰਗੇ ਅਸਲੀ ਚੋਨਾ ਨਹੀਂ ਕਮਾਉਂਦੇ ਜਿਹਦੇ ਨਕਲੀ ਵਾਲੇ ਉਸ ਤੋਂ ਜ਼ਿਆਦਾ ਦੁੱਗਣਾ ਪੈਸਾ ਕਮਾ ਕੇ ਉੱਠ ਕੱਢਦੇ ਨੇ ਠੀਕ ਹੈ ਜੇ ਆਲ ਓਵਰ ਤੁਸੀਂ ਲਓਗੇ ਤਾਂ ਉਹਦਾ ਦੇਖੋ ਰੇਟ ਵੀ ਤੁਹਾਨੂੰ ਘੱਟ ਮਿਲ ਜੂਗਾ ਤੇ ਪਰ ਕੱਪੜਾ ਡੁਪਲੀਕੇਟ ਹੈ ਜਿਹੜਾ ਇਹ ਓਰੀਜਨਲ ਬਟਰ ਕਾਟਨ ਹੈ ਜੀ ਹੈ ਨਾ ਉਹ ਮੈਚਿੰਗ ਸਲਵਾਰ ਨਾਲ ਆਓ ਤੇ ਨਾਲ ਰੱਖਿਆ ਜੀ ਆਪਾਂ ਇਹਦੇ ਮਸਲੀਨ ਦਾ ਚੈੱਕ ਵਾਲਾ ਦੁਪੱਟਾ ਇਹਦੇ ਵਿੱਚ ਆਪਣੇ ਕੋਲ ਮਸਲੀਨ ਦੇ ਵਿੱਚ ਕਾਫੀ ਜ਼ਿਆਦਾ ਕੁਆਲਿਟੀ ਹੈ ਪਰ ਆਪਾਂ ਇਹਦੇ ਨਾਲ ਚੈੱਕ ਵਾਲਾ ਦੁਪੱਟਾ ਰੱਖਿਆ ਤੇ ਇਸ ਤਰ੍ਹਾਂ ਮਸਟਰਡ ਕਲਰ ਦੀ ਲੇਸ ਦਿੱਤੀ ਹੈ ਤੇ ਇਹ ਡਿਜ਼ਾਈਨ ਦੇ ਵਿੱਚ ਆਪਣੇ ਕੋਲ 2 ਕਲਰ ਨੇ ਇੱਕ ਮਸਟਰਡ ਕਲਰ ਹੈ ਤੇ ਦੂਸਰਾ ਆਪਣੇ ਕੋਲ ਰਸਟ ਕਲਰ ਹੈ ਮੈਂ ਰਸਟ ਵੀ ਦਿਖਾ ਦਿੰਦੀ ਹਾਂ ਤੁਹਾਨੂੰ ਠੀਕ ਹੈ ਕਾਫੀ ਜ਼ਿਆਦਾ ਸੋਹਣੇ ਨੇ ਇਹ ਦੋਨੋਂ ਕਲਰ ਉਹਨੂੰ ਲੈਣ ਆਈ ਸੀ ਲਓ ਜੀ ਦੂਸਰਾ ਇਹਦੇ ਵਿੱਚ ਰਸਟ ਕਲਰ ਹੈ ਜੀ ਇਹ ਵੀ ਮੈਚਿੰਗ ਦੇ ਵਿੱਚ ਹੈ ਓਰੀਜਨਲ ਕੱਪੜਾ ਹੈਗਾ ਬਟਰ ਕਾਟਨ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜਾ ਆਲ ਓਵਰ ਸੂਟ ਹੈਗਾ ਉਹ ਇਹਦੇ ਤੋਂ ਡੁਪਲੀਕੇਟ ਆ ਰਿਹਾ ਪਰ ਇਹ ਤੁਹਾਨੂੰ ਓਰੀਜਨਲ ਕਿਹਾ ਤਾਂ ਓਰੀਜਨਲ ਹੀ ਮਿਲੂਗਾ ਕਾਫੀ ਜ਼ਿਆਦਾ ਸੋਹਣਾ ਇਹ ਡਿਜ਼ਾਈਨ ਮੈਂ ਇਹਦੇ ਨਾਲ ਦਾ ਮਸਟਰਡ ਪਾਇਆ ਇੱਥੇ ਤੁਹਾਨੂੰ ਪਿੱਕ ਮਿਲ ਜੂਗੀ ਕਾਫੀ ਜੇ ਤੁਸੀਂ ਮੈਨੂੰ ਪਹਿਲਾਂ ਤੋਂ ਦੇਖਦੇ ਹੋ ਤਾਂ ਤੁਸੀਂ ਮੇਰੇ ਪਾਇਆ ਦੇਖਿਆ ਹੋਊਗਾ ਕੈਮਰਾ ਚਾਸੋਂ ਲੱਗਦਾ ਸਮਾਉਣਾ ਸੀ ਨਹੀਂ ਫਿਰ ਤੂੰ ਮੈਨੂੰ ਕਹਿ ਦਿੰਦੀ ਆ ਵੀ ਰਸਟ ਤੇਰੇ ਕੋਲ ਇੰਨੇ ਹੋ ਗਏ ਮੈਂ ਇਹੀ ਲੈਣਾ ਸੀ ਤੂੰ ਕਹੀ ਰਸਟ ਹੋ ਗਿਆ ਇਹ ਰਸਟ ਹੋਰ ਹੈ ਇੰਨਾ ਸੋਹਣਾ ਲੱਗ ਰਿਹਾ ਤੇ ਬਹੁਤ ਜ਼ਿਆਦਾ ਸੋਹਣਾ ਰੰਗ ਹੈ ਜੀ ਤੁਸੀਂ ਹਨਾ ਜੇ ਤੁਹਾਨੂੰ ਮਸਟਰਡ ਤੁਸੀਂ ਘੱਟ ਲਾਈਕ ਕਰਦੇ ਹੋ ਇਹ ਰੰਗ ਤੁਹਾਡੇ ਪਾਇਆ ਹੋਇਆ ਬਹੁਤ ਜ਼ਿਆਦਾ ਜਚੂਗਾ ਮੈਨੂੰ ਵੀ ਇਹੀ ਕਲਰ ਜਿਹਾ ਸਭ ਤੋਂ ਜ਼ਿਆਦਾ ਪਸੰਦ ਸੀ ਮੈਂ ਰਸਟ ਪਾਉਣਾ ਪਰ ਮੇਰੇ ਕੋਲ ਰਸਟ ਇਹ ਕਾਫੀ ਜ਼ਿਆਦਾ ਹੋ ਗਏ ਸੀ ਇਹ ਰਸਟ ਵੀ ਨਹੀਂ ਹੈਗਾ ਆਪਾਂ ਇਹਨੂੰ ਕਹਿ ਸਕਦੇ ਥੋੜ੍ਹਾ ਜਿਹਾ ਮਰੂਨ ਟਾਈਪ ਜਿਹਾ ਹੈ ਨਾਭੀ ਦੇ ਵਿੱਚ ਇਹ ਚਲਾ ਜਾਂਦਾ ਬਹੁਤ ਜ਼ਿਆਦਾ ਸ਼ਾਨਦਾਰ ਕਲਰ ਹੈ ਜੀ ਤੁਸੀਂ ਗਰਮੀ 'ਚ ਪਾਓ ਸਰਦੀ 'ਚ ਪਾਓ ਮੈਂ ਤੁਹਾਨੂੰ ਇਹਦੀ ਸਲਾਹ ਦਿਉਂਗੀ ਠੀਕ ਹੈ ਮੈਂ ਚਾਹੇ ਉਹ ਭੀੜਾ ਸਮਾ ਲਿਆ ਪਰ ਮੈਂ ਤੁਹਾਨੂੰ ਸਲਾਹ ਇਹਦੀ ਦਿਉਂਗੀ ਤੁਸੀਂ ਇਹ ਜ਼ਰੂਰ ਸਿਲਾਈ ਕਰਾਓ ਇਹਦੇ ਨਾਲ ਤਾਂ ਮੈਨੂੰ ਲੱਗਦਾ ਜੀ ਇੱਕ ਸਿਲਾਈ ਹੋ ਕੇ ਆਇਆ ਹੈਗਾ ਅਤੇ ਦਿਖਾ ਦਿੰਦੇ ਆਪਾਂ ਤੁਹਾਨੂੰ
ਇਹਦੇ ਨਾਲ ਦਾ ਸਲਾਈ ਹੋ ਕੇ ਆਇਆ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਹਾਂ ਕਿਉਂਕਿ ਸਲਾਈ ਹੋਣ ਤੋਂ ਬਾਅਦ ਹਨਾ ਇਹਦੇ ਨਾਲ ਦੇ ਸਾਡੇ ਕੋਲ 5-6 ਸੂਟ ਨੇ ਜਿਹੜੇ ਸੇਮ ਇਹਦੇ ਨਾਲ ਦੀ ਸਲਾਈ ਹੋ ਕੇ ਆਏ ਨੇ ਸਲਾਈ ਹੋਣ ਤੋਂ ਬਾਅਦ ਕੱਪੜੇ ਦਾ ਪਤਾ ਲੱਗਦਾ ਜੀ ਤੁਸੀਂ ਇਹ ਮੈਂ ਤੁਹਾਨੂੰ ਜ਼ਰੂਰ ਕਹੂੰਗੀ ਵੀ ਇਹ ਵਾਲਾ ਕਲਰ ਤੁਸੀਂ ਚੂਜ਼ ਕਰੋ ਠੀਕ ਹੈ ਲਓ ਜੀ ਜਿਹੜਾ ਪਸੰਦ ਹੈ ਭਾਈ ਲੈ ਲਿਓ ਮਸਟਰਡ ਪਸੰਦ ਆ ਤੁਹਾਨੂੰ ਮਸਟਰਡ ਲੈ ਲਓ ਮੈਂ ਤੁਹਾਨੂੰ ਦੋਵੇਂ ਰੰਗ ਤੁਸੀਂ ਦਿਖਾ ਦਿੱਤੇ ਨੇ ਲਓ ਜੀ ਨੈਕਸਟ ਹੈਗਾ ਆਪਣੇ ਕੋਲੇ ਹੋਰ ਇਹ ਵੀ ਮੈਂ ਪਹਿਲਾਂ ਤੋਂ ਦਿਖਾ ਚੁੱਕੀ ਹਾਂ ਪਰ ਫਿਰ ਵੀ ਕਸਟਮਰ ਦੇ ਕੱਪੜੇ ਜਾਣਗੇ ਮੈਂ ਤੁਹਾਨੂੰ ਦਿਖਾਉਣਾ ਜ਼ਰੂਰ ਚਾਹੂੰਗੀ ਇਹ ਆਪਾਂ ਉਹਦਾ ਸੂਟ ਹੈ ਜੀ ਇਹ ਆਪਣਾ ਪਿਓਰ ਰਾਮਟੈਕਸ ਦੀ ਕਾਟਨ ਹੈ ਜੀ ਰਾਮਟੈਕਸ ਦੀ ਕਾਟਨ ਦਾ ਹੈਗੀ ਬਹੁਤ ਸੋਹਣੀ ਅਤੇ ਨਾਲ ਹੀ ਸਲਵਾਰ ਹੈ ਕਰੀਮ ਆਫ ਵਾਈਟ ਕਲਰ ਦੀ ਮੂਰੀਆਂ 'ਤੇ ਆਪਾਂ ਇਸ ਤਰ੍ਹਾਂ ਲੇਸ ਦੇ ਦਿੱਤੀ ਹੈ ਅਤੇ ਦੁਪੱਟਾ ਬਹੁਤ ਜ਼ਿਆਦਾ ਸ਼ਾਨਦਾਰ ਹੈ ਇਹਦੇ ਨਾਲ ਇਹਦੇ ਸਾਡੇ ਕੋਲ ਔਡਰ ਬਹੁਤ ਜ਼ਿਆਦਾ ਨੇ ਕਿਉਂਕਿ ਜੀ ਚੀਜ਼ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਹੈ ਵੀ ਆਪਣੇ ਕੋਲ ਟਰੈਂਡ ਵਾਲਾ ਕੱਪੜਾ ਅਤੇ ਸੁਪੀਰੀਅਰ ਕੁਆਲਿਟੀ ਦਾ ਮੈਂ ਕੱਪੜਾ ਰੱਖਦੀ ਹਾਂ ਘੂੜ ਕਬਾੜ ਇਕੱਠਾ ਕਰਨ ਦਾ ਕੀ ਫਾਇਦਾ ਹੈ ਨਾ ਵੀ 500 ਦਾ ਦੇ ਦਿਓ 700 ਦਾ ਦੇ ਦਿਓ ਤੁਹਾਡੇ ਨੇੜੇ ਮਿਲ ਜਾਣਗੇ ਸ਼ੋਪ 'ਤੇ ਤੁਸੀਂ ਉੱਥੋਂ ਲੈ ਲਿਓ ਸੈਂਟਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਜੀ ਆਲੇ ਦੁਆਲੇ ਤੋਂ ਇਸ ਤਰ੍ਹਾਂ ਹੈ ਨਾ ਉਹ ਪ੍ਰਿੰਟ ਹੈ ਲਾਈਨਿੰਗ ਵਾਲਾ ਪ੍ਰਿੰਟ ਹੈ ਜਿਹੜਾ ਇੱਧਰ ਤੁਹਾਨੂੰ ਕਮੀਜ਼ 'ਤੇ ਮਿਲੂਗਾ ਅਤੇ ਬਹੁਤ ਜ਼ਿਆਦਾ ਫੈਂਸੀ ਸੂਟ ਹੈ ਅਤੇ ਦੁਪੱਟਾ ਤੁਹਾਨੂੰ ਪਿਓਰ ਮਸਲੀਨ ਦਾ ਮਿਲੂਗਾ ਦੁਪੱਟਾ ਪਿਓਰ ਮਸਲੀਨ ਦਾ ਅਤੇ 4 ਸਾਈਡ ਇਹਦੇ ਕਾਟਨ ਦੀ ਉਹ ਲੇਸ ਲੱਗੀ ਹੋਈ ਹੈ ਵਾਈਟ ਸ਼ੇਡ ਦੀ ਜੇ ਤੁਸੀਂ ਵਾਈਟ ਨਹੀਂ ਪਸੰਦ ਕਰੋਗੇ ਲਿਹਾ ਕੇ ਤੁਸੀਂ ਕੋਈ ਡਾਰਕ ਸ਼ੇਡ ਦੀ ਲਵਾ ਲਿਓ ਪਰ ਵਾਈਟ ਇਹਦੇ ਨਾਲ ਜਚਦੀ ਹੈਗੀ ਠੀਕ ਹੈ ਨੈਕਸਟ ਸੂਟ ਦਿਖਾ ਦਈਏ ਬਹੁਤ ਸੋਹਣਾ ਜੀ ਇਹ ਇੱਥੇ ਸੈਂਟਰ ਦੇ ਵਿੱਚ ਨਾ ਪਿੰਟੈਕਸ ਪਾਏ ਹੋਏ ਨੇ ਅਤੇ ਪਿੱਛੋਂ ਤੋਂ ਇਸ ਤਰ੍ਹਾਂ ਦਾ ਸਾਰਾ ਦੇਖੋ ਕਿੰਨਾ ਪਿਆਰਾ ਬੈਕ ਟੂ ਇਸ ਤਰ੍ਹਾਂ ਦਾ ਨੈਕਸਟ ਸੂਟ ਦਿਖਾ ਦਈਏ ਤੁਹਾਨੂੰ ਲਓ ਜੀ ਬਹੁਤ ਸੋਹਣਾ ਸੂਟ ਹੈ ਇਹ ਵੀ ਖਾਦੀ ਦਾ ਇਹ ਵੀ ਖਾਦੀ ਦੇ ਵਿੱਚ ਹੈ ਜੀ ਸੂਟ ਅਤੇ ਸਾਰਾ ਕੰਮ ਆਪਾਂ ਸਿੰਗਲ ਟਾਂਕੇ ਦਾ ਕਰਿਆ ਜੀਰੋ ਟਾਂਕੇ 'ਤੇ ਆਪਾਂ ਕੰਮ ਕਰਿਆ ਹੋਇਆ ਜੀ ਸਾਰਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੁਹਾਨੂੰ ਪਤਾ ਹੀ ਹੈ ਜੀਰੋ ਟਾਂਕੇ ਦੀ ਕੁਆਲਿਟੀ ਦਾ ਅਤੇ ਇਹਦੇ ਨਾਲ ਦੇ ਵੀ ਅਸੀਂ ਕਾਫੀ ਸੂਟ ਆ ਜਿਹੜੇ ਬਣਾ ਚੁੱਕੇ ਹਾਂ ਅਤੇ ਔਡਰ ਕਰ ਚੁੱਕੇ ਹਾਂਗੇ ਜੇ ਤੁਹਾਨੂੰ ਪਸੰਦ ਹੈ ਤੁਸੀਂ ਬਣਵਾ ਸਕਦੇ ਹੋ ਜੀ ਘੇਰੇ ਦਾ ਡਿਜ਼ਾਇਨ ਅਤੇ ਸੈਂਟਰ ਪੈਨਰ ਵਾਲਾ ਖਾਦੀ ਕਾਟਨ ਦੇ ਉੱਪਰ ਆਪਾਂ ਬਣਾਇਆ ਹੋਇਆ ਅਤੇ ਬਾਂਹ ਦੇ ਉੱਪਰ ਆਜੂਗਾ ਡਿਜ਼ਾਇਨ ਠੀਕ ਹੈ ਜੀ ਤੁਸੀਂ ਆਪਣੇ ਪਸੰਦ ਅਨੁਸਾਰ ਬਣਾਓ ਲਓ ਜੀ ਨਾਲ ਹੈਗੀ ਸਲਵਾਰ ਅਤੇ ਨਾਲ ਹੈਗਾ ਚਨੂਨ ਦਾ ਦੁਪੱਟਾ ਅਤੇ ਆਪਾਂ ਫਿਰੋਜ਼ੀ ਕਲਰ ਦੀ ਇਹਨੂੰ ਲੇਸ ਦੇ ਦਿੱਤੀ ਹੈ ਕਿਉਂਕਿ ਇਹਦੇ ਵਿੱਚ ਫਿਰੋਜ਼ੀ ਫੁੱਲ ਹੈ ਠੀਕ ਹੈ ਪਿੰਕ ਵੀ ਲੇਸ ਲੱਗ ਜਾਂਦੀ ਆਫ ਵਾਈਟ ਜੀ ਵੀ ਲੱਗ ਜਾਂਦੀ ਪਰ ਇਹਦੇ ਵਿੱਚ ਅਸੀਂ ਗੋਲਡਨ ਅਤੇ ਥੋੜ੍ਹਾ ਜਿਹਾ ਹੋਰ ਰੱਖਿਆ ਹੈਗਾ ਫਿਰੋਜ਼ੀ ਲੇਸ ਜੋ ਤੁਹਾਨੂੰ ਠੀਕ ਲੱਗਦੀ ਉਹ ਲਾ ਦਿੰਦੇ ਹਾਂ ਵੀ ਇਹਦੇ ਸੋਹਣੀ ਲੱਗਦੀ ਹੈ ਕਿਉਂਕਿ ਕਸਟਮਰ ਦੇ ਸੂਟ ਨੇ ਜਿਹੜੇ ਕਾਫੀ ਜ਼ਿਆਦਾ ਨੇ ਫਿਰ ਆਪਾਂ ਨੂੰ ਉਸ ਹਿਸਾਬ ਨਾਲ ਅਲੱਗ ਅਲੱਗ ਬਣਾਉਣਾ ਪੈਂਦਾ ਲਓ ਜੀ ਇਹ ਨੈਕਸਟ ਸੂਟ ਹੈਗਾ ਪਿਓਰ ਜੋਰਜੱਟ ਦਾ ਜੋ ਤੁਸੀਂ ਮੇਰੇ ਪਾਇਆ ਵੇਖਿਆ ਹੈਗਾ ਅਸੀਂ ਇੱਧਰ ਗਏ ਸੀ ਅਤੇ ਪਾ ਕੇ ਗਏ ਸੀ ਜਦੋਂ ਪਾਇਆ ਮੈਂ ਕਈ ਵਾਰ ਵੀਡੀਓ ਵਿੱਚ ਵੀ ਪਾਇਆ ਹੈਗਾ ਲਓ ਜੀ ਪਿਓਰ ਜੋਰਜੱਟ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਅਤੇ ਨਾਲ ਹੈਗੇ ਜੀ ਆਫ ਵਾਈਟ ਸਲਵਾਰ ਠੀਕ ਹੈ ਸਲਵਾਰ ਨੂੰ ਆਪਾਂ ਪਿੰਟੈਕਸ ਦਿੱਤੇ ਹੋਏ ਨੇ ਮੇਰੇ ਜਿਹੜੇ ਮੈਂ ਸੂਟ ਸਿਲਾਈ ਕਰਵਾਇਆ ਉਹਦੇ ਵਿੱਚ ਇੱਥੇ ਮੈਂ ਨਾ ਫੈਬਰਿਕ ਲਾਇਆ ਹੋਇਆ ਸੂਟ ਨਾਲ ਦੇ ਇੱਥੇ ਮੈਂ ਫੈਬਰਿਕ ਲਾਇਆ ਤੁਸੀਂ ਇਸ ਤਰ੍ਹਾਂ ਪਿੰਟੈਕਸ ਪਵਾ ਕੇ ਸਿਲਾਈ ਕਰਵਾਉਣੀ ਇਸ ਤਰ੍ਹਾਂ ਕਰਵਾ ਸਕਦੇ ਹੋਗੇ ਜਿਸ ਤਰ੍ਹਾਂ ਫੈਬਰਿਕ ਪਵਾਉਣਾ ਫੈਬਰਿਕ ਪਵਾ ਲਾ ਸਕਦੇ ਹੋ ਹੈ ਨਾ ਅਤੇ ਇਸ ਤਰ੍ਹਾਂ ਇਹ ਨੈਕ ਦਾ ਕਰਦਾ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਹ ਅਤੇ ਨਾਲ ਦੁਪੱਟਾ ਵੀ ਪਿਓਰ ਜੋਰਜੱਟ ਦਾ ਹੀ ਹੈ ਦੁਪੱਟੇ ਨੂੰ ਮੈਂ ਫਿਨਿਸ਼ਿੰਗ ਨਹੀਂ ਕਰੀ ਜੀ ਕਿਉਂਕਿ ਜਿੰਨੇ ਵੀ ਸੂਟ ਨੇ ਦੀਦੀ ਦੇ 27-28 ਸੂਟ ਨੇ ਸਾਰਿਆਂ ਦੇ ਦੁਪੱਟਿਆਂ ਦੀ ਫਿਨਿਸ਼ਿੰਗ ਹੋਈ ਹੋਈ ਹੈ ਅਤੇ ਜਿਵੇਂ ਹੈ ਨਾ ਇਹ ਦੁਪੱਟੇ ਨੂੰ ਫਿਨਿਸ਼ਿੰਗ ਦੀ ਲੋੜ ਵੀ ਨਹੀਂ ਹੈਗੀ ਇਹ ਇਸ ਤਰ੍ਹਾਂ ਹੀ ਸੋਹਣਾ ਲੱਗੂਗਾ ਤੁਸੀਂ ਮੇਰੇ ਦੇਖਿਆ ਲਿਆ ਹੋਇਆ ਪਰ ਜੇ ਤੁਸੀਂ ਕਹੋਗੇ ਜੀ ਅਸੀਂ ਐਕਸਟਰਾ ਪੈਸੇ ਦੇ ਦਾਂਗੇ ਕੋਈ ਗੱਲ ਨਹੀਂ ਸਾਨੂੰ ਦੁਪੱਟਾ ਫਿਨਿਸ਼ਿੰਗ ਕਰਕੇ ਦਿਓ ਆਪਾਂ ਦੁਪੱਟਾ ਫਿਨਿਸ਼ਿੰਗ ਕਰ ਦਾਂਗੇ ਠੀਕ ਹੈ ਟਾਪਟਾ ਲਾ ਕੇ ਸੂਟ ਦੀ ਸਟਿਚਿੰਗ ਕਰੀ ਹੋਈ ਹੈ ਇਹ ਅਸੀਂ ਦੇਖਣਾ ਹੁੰਦਾ ਜੀ ਕਿਹਨੂੰ ਟਾਪਟਾ ਲਾਉਣੀ ਹੈ ਕਿਹਨੂੰ ਸਿੰਥੈਟਿਕ ਲਾਈਨਿੰਗ ਲਾਉਣੀ ਹੈ ਜਿਹਨੂੰ ਕਿਹਨੂੰ ਫੁੱਲ ਵੈਲ ਲਾਉਣੀ ਹੈ ਇਹ ਸਾਡੇ 'ਤੇ ਛੱਡਣਾ ਪਊਗਾ ਤੁਹਾਨੂੰ ਕਿਉਂਕਿ ਸਾਨੂੰ ਪਤਾ ਹੁੰਦਾ ਇਹ ਕੱਪੜੇ ਥੱਲੇ ਕਿਹੜੀ ਲਾਈਨਿੰਗ ਲੱਗੂ ਇਹ ਥੱਲੇ ਲੱਗੂਗੀ ਜਾਂ ਨਾ ਲੱਗੂਗੀ ਕਿਉਂਕਿ ਸਾਡੇ ਹੱਥ ਦੇ ਵਿੱਚ ਕੱਪੜਾ ਹੁੰਦਾ ਇਹ ਸਾਨੂੰ ਪਤਾ ਹੁੰਦਾ ਲਓ ਜੀ ਚਲੋ ਠੀਕ ਹੈ ਜੀ ਆਪਾਂ ਜਿਹੜੀ ਵੀਡੀਓ ਦਾ ਅੰਡੇਠੀ ਕਰਦੇ ਹਾਂ ਅਤੇ ਕੱਲ੍ਹ ਨੂੰ ਨਵੇਂ ਸੂਟਾਂ ਦੇ ਰੰਗਾਂ ਦੇ ਨਾਲ ਮਿਲਦੇ ਹਾਂ ਢੇਰੋਂ ਵਰਾਇਟੀ ਦੇ ਆਪਣੇ ਕੋਲ ਕੱਪੜੇ ਨੇ ਢੇਰੋਂ ਵਰਾਇਟੀ ਦੇ ਪ੍ਰਿੰਟ ਨੇ ਜੀ ਢੇਰੋਂ ਵਰਾਇਟੀ ਦੇ ਆਪਣੇ ਕੋਲ ਫੈਬਰਿਕ ਹੈ ਜੋ ਤੁਸੀਂ ਲਾਈਕ ਕਰੋਗੇ ਮਿਲ ਜੂਗਾ ਮੇਰੇ 4 ਸਪੇਰੀ ਕੱਪੜੀ ਕੱਪੜੇ ਨੇ ਮੈਂ ਜ਼ਰੂਰ ਕਹੂੰਗੀ ਕੈਮਰਾਮੈਨ ਨੂੰ ਵੀ ਉਹ ਆਲਾ ਦੁਆਲਾ ਦਿਖਾਵੇ ਬਹੁਤ ਜ਼ਿਆਦਾ ਕੱਪੜੇ ਨੇ ਆਪਣੇ ਕੋਲ ਡੇਲੀ ਪਾਰਸਲ ਨਿਕਲਦੇ ਨੇ ਜੀ ਸਿਲਾਈ ਕਰਕੇ ਵੀ ਪਾਰਸਲ ਜਾਂਦੇ ਨੇ ਬਿਨਾਂ ਸਿਲਾਈ ਤੋਂ ਵੀ ਪਾਰਸਲ ਜਾਂਦੇ ਨੇ ਅਤੇ ਪ੍ਰਿੰਟਡ ਸੂਟਾਂ ਦੇ ਵੀ ਪਾਰਸਲ ਜਾਂਦੇ ਨੇ ਕਢਾਈ ਵਾਲੇ ਸੂਟਾਂ ਦੇ ਵੀ ਪਾਰਸਲ ਜਾਂਦੇ ਨੇ ਤੁਸੀਂ ਆਪਣਾ ਬਜਟ ਸਾਨੂੰ ਦੱਸ ਸਕਦੇ ਹੋਗੇ ਵੀ ਇਸ ਇੰਨਾ ਕੁ ਸਾਡਾ ਬਜਟ ਹੈ ਜੀ ਸਾਨੂੰ ਤੁਸੀਂ ਸੂਟ ਇਸ ਬਜਟ ਵਿੱਚ ਤਿਆਰ ਕਰਕੇ ਦੇ ਦਿਓ ਅਸੀਂ ਤੁਹਾਨੂੰ ਸਹੀ ਸਲਾਹ ਦੇ ਨਾਲ ਸੂਟ ਤਿਆਰ ਕਰਕੇ ਦੇਵਾਂਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਅੰਡੇਥੀ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਵਾਹਿਗੁਰੂ ਜੀ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖਣ ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ ਹੰਢਾਉਂਦੇ ਰਹੋ ਠੀਕ ਹੈ ਜੀ ਫਿਰ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ।